ਇਸ ਰੋਡ 'ਤੇ ਬੇਹੱਦ ਟ੍ਰੈਫਿਕ ਹੈ ਅਤੇ ਆਪਣੇ ਦੋਸਤ ਬਾਈ ਹਰਵਿੰਦਰ ਵੀ ਆ ਗਿਆ। ਆਪਾਂ ਗੱਲਬਾਤ ਕਰਦੇ ਹਾਂ ਹਰਵਿੰਦਰ ਨਾਲ, ਕਿਉਂਕਿ ਇੱਥੇ ਐਤਵਾਰ ਵਾਲੇ ਦਿਨ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਲੋਕ ਦਰਸ਼ਨ ਕਰਨ ਲਈ ਇੱਥੇ ਆਉਂਦੇ ਆ। ਐਤਵਾਰ ਵਾਲੇ ਦਿਨ ਇੱਥੇ ਮੈਂ ਅਤੇ ਪੁਰਾਣਾ ਪੁਲ ਹੈ, ਬਹੁਤ ਪੁਰਾਣੇ ਸਮੇਂ ਦਾ ਪੁਲ ਹੈ ਜਿਹੜਾ ਆਪਾਂ ਉੱਪਰ ਦੇਖ ਰਹੇ ਹਾਂ। ਜੈ ਹੋ ਜੀ ਬਾਈ ਜੀ, ਕੀ ਹਾਲ ਹੈ ਜੀ? ਬਾਕੀ ਇਹ ਸਾਹਮਣੇ ਆਪਾਂ ਨੂੰ ਦਰਸ਼ਨ ਹੋ ਰਹੇ ਮੰਦਿਰ ਦੇ ਅਤੇ ਇੱਥੇ ਬਾਈ ਉਹਨੇ ਮਿਲੇ ਹੈ, ਬਾਈ ਉਹਨੇ ਪਟਿਆਲੇ ਤੋਂ ਆਏ ਹੈ ਗੱਲਾਂ। ਠੀਕ ਹੈ, ਜਿਸ ਦਾ ਨਾਮ ਮਾਰਕੰਡੇ ਰਿਸ਼ੀ ਰਹੇਗਾ, ਇਨਕੀ ਆਯੂ ਸਿਰਫ 16 ਵਰਸ਼ ਕੀ ਹੋਤੀ ਹੈ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ ਤੁਹਾਡਾ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ। ਅਤੇ ਦੋਸਤੋ, ਅੱਜ ਸਤੰਬਰ ਮਹੀਨੇ ਦੀ 8 ਤਰੀਕ ਹੈ ਅਤੇ ਦਿਨ ਹੈਗਾ ਜੀ ਐਤਵਾਰ ਦਾ। ਸਮਾਂ ਦੁਪਹਿਰ ਦੇ 1:15 ਦਾ ਹੋ ਗਿਆ ਅਤੇ ਅੱਜ ਆਪਾਂ ਜਾਣਾ ਜੀ ਆਪਣੇ ਪਿੰਡ ਤੋਂ, ਆਪਣੇ ਘਰ ਤੋਂ, ਜਿਹੜਾ ਹੈ ਸ਼ਾਹਬਾਦ ਮਾਰਕੰਡਾ। ਜਦੋਂ ਆਪਾਂ ਦਿੱਲੀ ਰੋਡ ਜਾਂਦੇ ਹਾਂ, ਸ਼ਾਹਬਾਦ ਆ ਜਾਂਦਾ, ਉੱਥੇ ਇੱਕ ਇਤਿਹਾਸਿਕ ਮੰਦਿਰ ਵੀ ਬਣਿਆ ਹੋਇਆ ਅਤੇ ਸ਼ਾਹਬਾਦ ਘੱਗਰ ਜਾਂ ਦਰਿਆ ਵੀ ਕਹਿ ਸਕਦੇ ਹਾਂ, ਮਾਰਕੰਡਾ ਬਣਿਆ ਹੋਇਆ ਹੈ। ਅੱਜ ਦੀ ਆਪਣੀ ਸਾਰੀ ਵੀਡੀਓ ਇਸ ਦੇ ਰਿਲੇਟਡ ਰਹੂਗੀ। ਜੇ ਤੁਸੀਂ ਅੱਜ ਇਸ ਵੀਡੀਓ 'ਚ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ। ਅਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਨਾਲ, ਆਪਣੇ ਮਿੱਤਰ ਨੇ ਜਾਣਾ ਡੇਰਾਬਸੀ ਤੋਂ ਅਤੇ ਆਪਾਂ ਉੱਥੇ ਜਾ ਕੇ ਪਹੁੰਚ ਕੇ ਗੱਲਬਾਤ ਕਰਦੇ ਅਤੇ ਸਫ਼ਰ ਸ਼ੁਰੂ ਕਰਦੇ ਹਾਂ। ਲਓ ਜੀ, ਹੁਣ ਆਪਾਂ ਪਹੁੰਚ ਗਏ ਹਾਂ ਜੀ ਡੇਰਾਬਸੀ ਅਤੇ ਸਾਹਮਣੇ ਇਹ ਜਿਹੜਾ ਰੋਡ ਹੈ ਟ੍ਰੈਫਿਕ ਚੰਡੀਗੜ੍ਹ ਜੀਰਕਪੁਰ ਤੋਂ ਆ ਰਿਹਾ ਅਤੇ ਇੱਥੇ ਡੇਰਾਬਸੀ ਜਿਵੇਂ ਆਪਾਂ ਸਲਿੱਪ ਰੋਡ ਲੈ ਲੈਂਦੇ ਹਾਂ, ਇੱਥੇ ਅੱਗੇ ਡੇਰਾਬਸੀ ਨੂੰ ਐਂਟਰੀ ਹੋ ਜਾਂਦੀ ਹੈ। ਅਤੇ ਆਪਣੇ ਯਾਰ ਮਿੱਤਰ ਨੂੰ ਆਪਾਂ ਨੇ ਫੋਨ ਕਰਿਆ ਇਸ ਲੋਕੇਸ਼ਨ 'ਤੇ ਅਸੀਂ ਇਕੱਠੇ ਹੋਣਾ, ਤਾਂ ਉਸ ਤੋਂ ਬਾਅਦ ਅੱਗੇ ਅੰਬਾਲੇ ਨੂੰ ਹੋ ਕੇ ਆਪਾਂ ਜਿਹੜਾ ਸ਼ਾਹਬਾਦ ਤੱਕ ਜਿਹੜਾ ਸਫ਼ਰ ਸ਼ੁਰੂ ਕਰਨਾ। ਅਤੇ ਆਪਣੇ ਦੋਸਤ ਬਾਈ ਹਰਵਿੰਦਰ ਵੀ ਆ ਗਿਆ, ਆਪਾਂ ਗੱਲਬਾਤ ਕਰਦੇ ਹਾਂ ਹਰਵਿੰਦਰ ਨਾਲ। ਇਹ ਅਸਲੀ ਬਲੌਗਰ। ਲਓ ਜੀ ਬਾਈ, ਅਸੀਂ ਇਕੱਠੇ ਹੋ ਗਏ 3-4 ਮਹੀਨਿਆਂ ਬਾਅਦ ਅਤੇ ਬਾਈ ਦਾ ਨਾਮ ਹੈ ਹਰਵਿੰਦਰ, ਯੂਟਿਊਬ ਚੈਨਲ ਹੈ ਹਰਵਿੰਦਰ ਵਲੌਗਸ। ਅਤੇ ਬਾਈ ਨਾਲ ਅਸੀਂ ਕਸ਼ਮੀਰ ਜਿਹੜਾ ਟੂਰ ਕਰਕੇ ਆਏ ਹਾਂ 3-4 ਮਹੀਨੇ ਪਹਿਲਾਂ ਉਹ ਕਰਕੇ ਆਏ ਹਾਂ। ਅਤੇ ਅੱਜ ਬਾਈ 3-4 ਮਹੀਨੇ ਬਾਅਦ ਮਿਲ ਕੇ ਕਿਸ ਤਰ੍ਹਾਂ ਲੱਗ ਰਿਹਾ ਬਾਈ? ਬਾਈ ਯਾਰ ਕਮਾਲ ਦੀ ਗੱਲ ਆ, ਦੋਸਤਾਂ ਨੂੰ ਮਿਲ ਕੇ ਕੀ ਲੱਗਣਾ ਗਾ, ਪੂਰਾ ਘੈਂਟ ਹੈਗਾ। ਅਤੇ ਬਾਈ ਦੇ, ਹਾਂ ਬਾਈ ਦੇ ਚੈਨਲ 'ਤੇ ਜਿਹੜੇ ਡੇਲੀ ਵਲੌਗ ਪੈਂਦੇ ਆ ਘੱਗਰ ਦੇ, ਆਪਣੇ ਜਿਹੜੇ ਡੇਲੀ ਅਪਡੇਟ ਮਿਲਦੇ ਰਹਿੰਦੇ ਆ, ਤਾਂ ਕਰਕੇ ਬਾਈ ਨਾਲ ਮੈਂ ਕੰਟੈਕਟ ਕਰਿਆ ਕਿ ਸ਼ਾਹਬਾਦ ਮਾਰਕੰਡੇ ਬਾਈ ਕਿਤੋਂ ਵਾਰ ਗਿਆ ਹੋਇਆ। ਬਾਈ ਤੁਸੀਂ ਜਾਂਦੇ ਰਹਿੰਦੇ ਆ ਉੱਥੇ ਪਹਿਲਾਂ? ਹਾਂ ਬਾਈ, ਹਾਂ ਹਫ਼ਤੇ ਵਿੱਚ ਤਕਰੀਬਨ 2-3 ਵਾਰ। ਅਤੇ ਤਾਂ ਕਰਕੇ ਬਾਈ ਨਾਲ ਮੈਂ ਸੰਪਰਕ ਬਣਾਇਆ, ਬਾਈ ਨੂੰ ਥੋੜ੍ਹਾ ਉੱਥੇ ਦੀ ਜਾਣਕਾਰੀ ਹੈਗੀ ਹੈ ਅਤੇ ਬਾਈ ਰੋਡ ਗਏ ਹੋਏ ਹਾਂ। ਹੁਣ ਆਪਾਂ ਚੱਲਦੇ ਹਾਂ ਬਾਈ ਰੋਡ ਸਫ਼ਰ ਕਰਦੇ ਹਾਂ ਸ਼ਾਹਬਾਦ ਮਾਰਕੰਡੇ ਤੱਕ। ਆਹ ਤੁਸੀਂ ਸਾਹਮਣੇ ਬੋਰਡ ਲੱਗਿਆ ਦੇਖ ਸਕਦੇ ਹੋ, ਆਜ਼ਾਦੀ ਕੀ ਪਹਿਲੀ ਲੜਾਈ ਕਾ ਸ਼ਹੀਦ ਸਮਾਰਕ। ਅਤੇ ਇਹ ਜਗ੍ਹਾ ਇੱਥੇ ਜਿਹੜੀ ਬਣ ਰਹੀ ਹੈ, ਤਿਆਰ ਹੋ ਰਹੀ ਹੈ, ਤਕਰੀਬਨ ਕਹਿੰਦੇ 3 ਕੁ ਮਹੀਨੇ ਰਹਿ ਗਏ ਇਹਨੂੰ ਤਿਆਰ ਹੋਣ ਨੂੰ। 3 ਮਹੀਨੇ ਬਾਅਦ ਇਹ ਪੂਰੀ ਤਿਆਰ ਹੋ ਜੂਗੀ ਅਤੇ ਲੋਕਾਂ ਵਾਸਤੇ, ਪਬਲਿਕ ਵਾਸਤੇ ਦੇਖਣ ਲਈ ਓਪਨ ਹੋ ਜੂਗੀ। ਇੱਕ ਕਿਸਮ ਦਾ ਇਹ ਅਜਾਇਬ ਘਰ ਬਣੂਗਾ, ਜਿਹੜੇ ਆਜ਼ਾਦੀ 'ਚ ਜਿਹੜੇ ਸ਼ਹੀਦ ਹੋਏ ਹੈ ਉਹਨਾਂ ਦੀ ਆਪਾਂ ਯਾਦਗਾਰ, ਉਹਨਾਂ ਦੀ ਕੁਛ ਨਿਸ਼ਾਨੀਆਂ, ਗੱਲਾਂ ਬਾਤਾਂ ਇੱਥੇ ਆਪਾਂ ਦੇਖ ਸਕਦੇ। ਜਿਹੜਾ ਇਹ ਸ਼ਾਹਬਾਦ ਮਾਰਕੰਡਾ ਜੀ, ਇਹ ਇਤਿਹਾਸਿਕ ਮੰਦਿਰ ਹੈ ਅਤੇ ਇੱਥੇ ਪਹੁੰਚਣ ਵਾਸਤੇ ਆਪਾਂ ਨੂੰ ਜਿਹੜਾ ਹੈ ਅੰਬਾਲੇ ਤੋਂ ਵੀ, ਜਿਹੜਾ ਦਿੱਲੀ ਰੋਡ ਜਾ ਰਿਹਾ ਹੈ ਉਸ ਰੋਡ 'ਤੇ ਆਪਾਂ ਨੂੰ ਇਹ ਲੋਕੇਸ਼ਨ ਮਿਲ ਜਾਂਦੀ ਹੈ। ਅੰਬਾਲਾ ਸ਼ਹਿਰ ਤੋਂ ਇਹ 27 ਕਿਲੋਮੀਟਰ ਹੈ ਅਤੇ ਜੇ ਅੰਬਾਲੇ ਕੈਂਟ ਦੀ ਗੱਲ ਕਰੀਏ ਉੱਥੋਂ ਇਹ 20 ਕਿਲੋਮੀਟਰ ਪੈ ਜਾਂਦੀ ਹੈ। ਅਤੇ ਜਿਹੜੀ ਇਹ ਲੋਕੇਸ਼ਨ ਹੈ, ਹਰਿਆਣੇ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਹੈ ਸ਼ਾਹਬਾਦ। ਇੱਥੇ ਤੁਸੀਂ ਬਾਈ ਟ੍ਰੇਨ ਰੇਲਵੇ ਰਾਹੀਂ ਵੀ ਆ ਸਕਦੇ ਹੋ, ਰੇਲਵੇ ਸਟੇਸ਼ਨ ਵੀ ਇੱਥੇ ਬਣਿਆ ਹੋਇਆ ਹੈ। ਬਾਕੀ ਜਦੋਂ ਤੁਸੀਂ ਰਾਜਪੁਰਾ ਜਾਂ ਅੰਬਾਲਾ ਤੋਂ ਦਿੱਲੀ ਨੂੰ ਬੱਸ ਲੈਂਦੇ ਹਾਂ, ਬਾਈ ਰੋਡ ਆਉਂਦੇ ਹਾਂ, ਤਾਂ ਸ਼ਾਹਬਾਦ ਬੱਸ ਸਟੈਂਡ ਤੋਂ ਵੀ ਤੁਸੀਂ 1-2 ਕਿਲੋਮੀਟਰ ਹੈ ਜਿਹੜਾ ਇੱਥੇ ਬੱਸ ਸਟੈਂਡ ਬਣਿਆ ਹੋਇਆ ਇਸ ਲੋਕੇਸ਼ਨ ਤੋਂ, ਉੱਥੋਂ ਤੁਸੀਂ ਆਟੋ ਲੈ ਕੇ ਵੀ ਇਸ ਜਗ੍ਹਾ 'ਤੇ ਸ਼ਾਹਬਾਦ ਮਾਰਕੰਡਾ 'ਤੇ ਆ ਸਕਦੇ ਹੋ। ਅਤੇ ਜਿਹੜਾ ਤੁਸੀਂ ਆਹ ਪੁਲ ਦੇਖ ਰਹੇ ਹੋ, ਬਹੁਤ ਪੁਰਾਣਾ, ਪੁਰਾਣੇ ਸਮੇਂ ਦਾ ਪੁਲ ਬਣਿਆ ਹੋਇਆ ਹੈ। ਇਹ ਦਿੱਲੀ ਤੋਂ ਜਦੋਂ ਵਾਪਸੀ ਆਪਾਂ ਅੰਬਾਲੇ ਜਾਂਦੇ ਉਸ ਪਾਸੇ ਬਣਿਆ ਹੋਇਆ। ਅਤੇ ਬਾਕੀ ਆ ਸਾਰੀ ਪਾਰਕਿੰਗ ਦੇਖੋ, ਬੜੀ ਸੋਹਣੀ ਖੁੱਲ੍ਹੀ ਪਾਰਕਿੰਗ ਬਣੀ ਹੋਈ ਹੈ। ਐਤਵਾਰ ਵਾਲੇ ਦਿਨ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਲੋਕ ਦਰਸ਼ਨ ਕਰਨ ਲਈ ਇੱਥੇ ਆਉਂਦੇ ਆ, ਐਤਵਾਰ ਵਾਲੇ ਦਿਨ ਇੱਥੇ ਮੇਲਾ ਭਰਦਾ ਤੁਸੀਂ ਕਹਿ ਸਕਦੇ। ਇਸ ਕਰਕੇ ਐਤਵਾਰ ਵਾਲੇ ਦਿਨ ਇੱਥੇ ਵਧੀਆ ਜੀ ਤੁਸੀਂ ਆਉਣਾ, ਇੱਥੇ ਦਰਸ਼ਨ ਕਰਨ ਲਈ ਆਉਣਾ ਜਾਂ ਘੁੰਮਣ ਲਈ ਆਉਣਾ।
ਬਾਕੀ ਆ ਤੁਸੀਂ ਬਾਈ ਪਾਰਕਿੰਗ ਦੇ ਨਾਲ ਹੀ ਇੱਥੇ ਮਾਰਕੰਡਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਉਹ ਤੁਸੀਂ ਦੇਖ ਸਕਦੇ ਹੋ। ਬਰਸਾਤ ਦਾ ਪਾਣੀ ਆਉਂਦਾ ਇਸ 'ਚ ਜ਼ਿਆਦਾ, ਸਾਰਾ ਪਿੱਛੇ ਤੋਂ ਤੁਸੀਂ ਦੇਖ ਸਕਦੇ ਹੋ ਪਾਣੀ ਆ ਰਿਹਾ ਹੈ। ਅਤੇ ਇੱਥੇ ਜਿਹੜੇ ਲੋਕਲ ਲੋਕ ਹੈ, ਜਿਹੜੇ ਜਵਾਕ ਹੈ, ਉਹ ਵੀ ਇੱਥੇ ਪਾਣੀ 'ਚ ਨਹਾ ਰਹੇ ਹੈ, ਪਾਣੀ 'ਚ ਤੈਰ ਰਹੇ ਹੈ। ਅਤੇ ਪੁਰਾਣਾ ਪੁਲ ਹੈ, ਬਹੁਤ ਪੁਰਾਣੇ ਸਮੇਂ ਦਾ ਪੁਲ ਹੈ ਜਿਹੜਾ ਆਪਾਂ ਉੱਪਰ ਦੇਖ ਰਹੇ ਹਾਂ। ਮਾਰਕੰਡੇ ਦੇ ਨਾਲ ਹੀ ਬਣਿਆ ਹੋਇਆ ਇੱਥੇ ਜਿਹੜਾ, ਅੱਗੇ ਸਾਰਾ ਰੇਲਵੇ ਵਾਲਾ ਪੁਲ ਆ ਗਿਆ, ਇੱਥੋਂ ਜਿਹੜੀ ਰੇਲਵੇ ਹੈ ਉਹ ਰੇਲਾਂ ਲੰਘਦੀਆਂ। ਅਤੇ ਆਹ ਸਾਰਾ ਇੱਧਰ ਮੰਦਰ ਬਣਿਆ ਹੋਇਆ। ਅਤੇ ਇੱਕ ਜਾਣਕਾਰੀ ਤੁਹਾਡੇ ਨਾਲ ਆਪਾਂ ਇਹ ਵੀ ਸ਼ੇਅਰ ਕਰਦੇ ਹਾਂ, ਜਿਹੜੀ ਇਹ ਨਦੀ ਮਾਰਕੰਡਾ ਨਦੀ ਵਗ ਰਹੀ ਹੈ, ਇਹ ਮੇਲ ਰੀਵਰ ਹੈ। ਇਸ ਤੋਂ ਇਲਾਵਾ ਜਿੰਨੀਆਂ ਵੀ ਤੁਸੀਂ ਹੋਰ ਨਦੀਆਂ ਦੇ ਨਾਮ ਸੁਣੇ ਹੈ, ਪੰਜਾਬ ਦੀਆਂ ਜਾਂ ਇੰਡੀਆ ਦੀ ਜਿਹੜੀਆਂ ਆਪਣੀਆਂ ਹੋਰ ਨਦੀਆਂ, ਉਹ ਸਾਰੀਆਂ ਫੀਮੇਲ ਰੀਵਰ ਹੈ। ਹੁਣ ਆਪਾਂ ਇੱਥੇ ਪਾਰਕਿੰਗ ਦੇ ਨਾਲ ਹੀ ਇੱਥੇ ਰਸਤਾ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ ਉੱਪਰ ਗੇਟ। ਅਤੇ ਇੱਥੇ ਨੀਚੇ ਜਾ ਕੇ ਨਾ ਜੋੜਾ ਘਰ ਵਾਸਤੇ ਜਗ੍ਹਾ ਬਣੀ ਹੋਈ ਹੈ, ਜੋੜੇ ਆਪਾਂ ਜਮ੍ਹਾਂ ਕਰਾ ਸਕਦੇ ਹਾਂ। ਐਤਵਾਰ ਦਾ ਦਿਨ ਹੋਣ ਕਰਕੇ ਰਸ਼ ਬਹੁਤ ਜ਼ਿਆਦਾ ਹੈ। ਵੈਸੇ ਆਪਾਂ ਥੋੜ੍ਹੇ ਜਿਹੇ ਲੇਟ ਹੋਏ ਹਾਂ ਇੱਥੇ, 3:15 ਵਜੇ ਪਹੁੰਚੇ ਹਾਂ। ਅਤੇ ਫਿਰ ਵੀ ਤੁਸੀਂ ਰਸ਼ ਚੈੱਕ ਕਰ ਲਓ, ਰਸ਼ ਬਹੁਤ ਜ਼ਿਆਦਾ ਰਸ਼ ਹੈ, ਕਿਉਂਕਿ ਹਰਿਆਣੇ ਵਿੱਚ ਇਹ ਬੜਾ ਸੋਹਣਾ ਤੀਰਥ ਸਥਾਨ ਮੰਨਿਆ ਜਾਂਦਾ। ਕਾਫੀ ਲੋਕ ਹੈ ਜਿਹੜੇ ਦੂਰ ਤੋਂ ਇੱਥੇ ਦਰਸ਼ਨ ਕਰਨ ਲਈ ਐਤਵਾਰ ਵਾਲੇ ਦਿਨ ਮੱਥਾ ਟੇਕਣ ਲਈ ਆਉਂਦੇ ਹੈ। ਹੁਣ ਆਪਾਂ ਜੋੜੇ ਜਮ੍ਹਾਂ ਕਰਵਾ ਕੇ ਅੱਗੇ ਮੰਦਰ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ। ਜੈ ਹੋ ਜੀ ਬਾਈ ਜੀ, ਕੀ ਹਾਲ ਹੈ ਜੀ? ਲੋ ਬਾਈ ਯਾਰ, ਇਹਦੇ ਜੋੜੇ ਘਰ ਕੋਲ ਆ ਗਏ ਆਪਾਂ ਨੀਚੇ ਹੁਣ। ਬਾਕੀ ਤੁਸੀਂ ਰਸ਼ ਚੈੱਕ ਕਰ ਲਓ, ਆ ਦੋਨੇ ਪਾਸੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਜੋੜੇ ਜਮ੍ਹਾਂ ਕਰਾਉਣ ਲਈ, ਬੈਠਣ ਲਈ। ਬਾਕੀ ਇਹੀ ਰਸਤਾ ਅੱਗੇ ਮੰਦਰ ਨੂੰ ਚਲੇ ਜਾਂਦਾ ਹੈ, ਅੱਗੇ ਜਾ ਕੇ ਆਪਾਂ ਚੈੱਕ ਕਰਦੇ ਹਾਂ। ਆਹ ਦੇਖੋ, ਇੱਥੇ ਹੱਥ ਧੋਣ ਵਾਸਤੇ ਹੀ ਬਣੇ ਹੋਏ ਹੈ। ਇੱਥੇ ਆਪਾਂ ਜਦੋਂ ਜੋੜੇ ਜਮ੍ਹਾਂ ਕਰਾਉਣੇ ਹੈ, ਬਾਅਦ 'ਚ ਹੱਥ ਧੋ ਸਕਦੇ, ਟੋਕਨ ਵਗੈਰਾ ਲੈ ਸਕਦੇ ਜੋੜੇ ਜਮ੍ਹਾਂ ਕਰਾ ਕੇ। ਅਤੇ ਆਹ ਦੁਕਾਨਾਂ ਬਣੀ ਹੋਈਆਂ ਇੱਥੇ ਜੋੜਾ ਘਰ ਦੇ ਨਾਲ ਹੀ, ਇੱਕ ਦੁਕਾਨ ਦੂਜੇ ਪਾਸੇ ਹੈ। ਲੋਕਲ ਜਿਵੇਂ ਖਾਣ ਪੀਣ ਲਈ ਦੁਕਾਨਾਂ ਹੁੰਦੀਆਂ, ਲੇਸ, ਕੁਰਕਰੇ ਵਗੈਰਾ, ਉਹ ਸਾਰਾ ਸਮਾਨ ਇੱਥੇ ਬਾਈ ਉਹਨਾਂ ਨੇ ਰੱਖਿਆ ਹੋਇਆ ਹੈ। ਬਾਕੀ ਇਹ ਸਾਹਮਣੇ ਆਪਾਂ ਨੂੰ ਦਰਸ਼ਨ ਹੋ ਰਹੇ ਮੰਦਰ ਦੇ। ਅਤੇ ਆਹ ਦੇਖ ਲਓ, ਕੁਛ ਇੱਧਰ ਵੀ ਬਣਿਆ ਹੋਇਆ, ਪਾਰਕਾਂ ਵਗੈਰਾ ਬਣੀਆਂ ਹੋਈਆਂ ਹੈ। ਆਹ ਸਜਾਵਟ ਵਾਸਤੇ ਰੱਖੇ ਹੋਏ ਇਹਨਾਂ ਨੇ ਗਮਲੇ ਵਗੈਰਾ, ਫੁੱਲ ਵਗੈਰਾ ਲਾਏ ਹੋਏ ਹੈ। ਅਤੇ ਆਹ ਦੇਖ ਲਓ, ਇਹਨਾਂ ਨੇ ਜਿਹੜਾ ਗਊ ਮਾਤਾ, ਇੱਕ ਛੋਟਾ ਜਿਹਾ ਬਛੜਾ ਹੈ, ਅਤੇ ਆਪਾਂ ਨੂੰ ਦੂਰ ਤੋਂ ਲੱਗਦਾ ਕਿ ਅਸਲੀ ਹੈ, ਪਰ ਇਹਨਾਂ ਨੇ ਆਰਟੀਫਿਸ਼ਲ ਹੈ, ਕਿਸ ਤਰੀਕੇ ਨਾਲ ਇਹਦਾ ਟ੍ਰੇਟ ਹੋ ਰਿਹਾ, ਘੁੰਮ ਰਿਹਾ ਹੈ, ਕੋਈ ਇਹੋ ਜਿਹੀ ਟੈਕਨੋਲੋਜੀ ਨਾਲ ਇਹਨਾਂ ਨੇ ਇਹ ਚੀਜ਼ ਸੈੱਟ ਕਰੀ ਹੋਈ ਹੈ। ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ, ਅਤੇ ਦੂਰ ਤੋਂ ਹੀ ਬੜਾ ਸੋਹਣਾ ਖਿੱਚਦਾ ਕੇਂਦਰ ਹੈ, ਗਊ ਮਾਤਾ ਨਾਲ ਛੋਟਾ ਜਿਹਾ ਬਛੜਾ ਹੈ। ਅਤੇ ਇੱਥੇ ਨਾਲ ਲਿਖ ਕੇ ਵੀ ਲਾਇਆ ਹੋਇਆ, ਕਿਰਪਿਆ ਸਥਾਨ ਸੇ ਆਗੇ ਜੋੜੇ ਚੱਪਲ ਲੇਕਰ ਨਾ ਜਾਏ। ਫਿਰ ਵੀ ਲੋਕਾਂ ਨੇ ਇੱਥੇ ਰੱਖੇ ਹੋਏ ਹੈ, ਕਿਉਂਕਿ ਜੋੜਾ ਘਰ ਪਿੱਛੇ ਬਣਿਆ ਹੋਇਆ ਹੈ। ਅਤੇ ਹੁਣ ਆਹ ਅੱਗੇ ਅੰਦਰ ਮੰਦਰ ਬਣਿਆ ਹੋਇਆ, ਅੰਦਰ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ। ਲੋ ਜੀ, ਹੁਣ ਆਪਾਂ ਮੱਥਾ ਟੇਕ ਲਈਏ। ਅਤੇ ਆਹ ਸਾਰਾ ਅੰਦਰ ਦਾ ਵਿਊ ਹੈ ਜੀ ਮੰਦਰ ਦਾ, ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਬੈਠਣ ਨੂੰ ਬਣਾਇਆ ਹੋਇਆ ਹੈ ਕਿ ਇੱਥੇ ਆਰਾਮ ਨਾਲ ਬੈਠ ਸਕਦੇ ਆਪਾਂ। ਸਾਰਾ ਇਹ ਮੰਦਰ ਦਾ ਅੰਦਰਲਾ ਪਾਸਾ ਹੈ। ਲਓ ਜੀ, ਮੱਥਾ ਟੇਕ ਕੇ ਮੰਦਰ ਦੀ ਬੈਕ ਸਾਈਡ ਆ ਗਏ ਆਪਾਂ। ਮੰਦਰ ਵਾਕਈ ਬਹੁਤ ਸੋਹਣਾ ਬਣਾਇਆ ਹੋਇਆ ਹੈ। ਅਤੇ ਇੱਕ ਇੱਥੇ ਖਾਸ ਗੱਲ ਆ, ਦੇਖੋ ਇੱਥੇ ਪੱਖਾ, ਜਿਹੜਾ ਬਹੁਤ ਵੱਡੇ ਸਾਈਜ਼ ਦਾ, ਵੱਡੇ ਕਾਰ ਦਾ ਪੱਖਾ ਇੱਥੇ ਲੱਗਿਆ ਹੋਇਆ ਪਿੱਛੇ। ਇੱਥੇ ਬੈਠ ਕੇ ਆਰਾਮ ਨਾਲ ਆਪਾਂ ਘੰਟਾ 2 ਘੰਟਾ ਬੈਠ ਸਕਦੇ ਹਾਂ। ਲਓ ਬਈ, ਦਰਸ਼ਨ ਕਰੋ ਬਾਈ। ਇੱਥੇ ਮੰਦਰ ਦੇ ਬੈਕ ਸਾਈਡ ਬਣਿਆ ਹੋਇਆ ਰਾਮ ਦਰਬਾਰ, ਇਹ ਸਾਰਾ ਜਿਹੜਾ ਆਪਾਂ ਦੇਖ ਰਹੇ ਹਾਂ। ਅਤੇ ਇੱਥੇ ਨਾ ਲਿਖ ਕੇ ਵੀ ਲਾਇਆ ਹੋਇਆ ਸ਼੍ਰੀ ਰਾਮ ਦਰਬਾਰ। ਇਹ ਜਿਹੜਾ ਮਾਰਕੰਡਾ ਮੇਨ ਮੰਦਰ ਹੈ, ਆਹ ਸਾਹਮਣੇ ਵਾਲਾ, ਇਹਦੀ ਬੈਕ ਸਾਈਡ ਜਦੋਂ ਆਪਾਂ ਇੱਥੇ ਆਉਂਦੇ ਖਾਲੀ ਏਰੀਆ, ਅਤੇ ਇੱਥੇ ਪਿੱਛੇ ਬਣਿਆ ਹੋਇਆ ਬਾਈ ਇਹ। ਬਾਕੀ ਇੱਥੇ ਨਾ ਜਗ੍ਹਾ ਜਗ੍ਹਾ ਲਿਖ ਕੇ ਲਾਇਆ ਹੋਇਆ ਕਿ ਜੇਬ ਕਤਰਿਆਂ ਤੋਂ ਸਾਵਧਾਨ, ਤੁਸੀਂ ਇੱਥੇ ਜਦੋਂ ਵੀ ਆਏ ਤਾਂ ਇਸ ਚੀਜ਼ ਦਾ ਖਾਸ ਖਿਆਲ ਰੱਖਿਓ, ਕਿਉਂਕਿ ਇੱਥੇ ਜਿਹੜੀ ਚੋਰੀ ਵਗੈਰਾ ਦਾ ਖਤਰਾ ਕਾਫੀ ਬਣਿਆ ਹੁੰਦਾ, ਭੀੜ ਹੁੰਦੀ ਹੈ ਐਤਵਾਰ ਨੂੰ। ਅਤੇ ਬਾਕੀ ਮੰਦਰ 'ਚ ਇੱਥੇ ਇੱਕ ਬੋਰਡ ਲੱਗਿਆ ਹੋਇਆ, ਜਿਹੜੇ ਮਾਰਕੰਡੇ ਦੇ ਅਗਲੇ ਹੋਣ ਵਾਲੇ ਪ੍ਰੋਗਰਾਮ ਹੈ ਉਹਨਾਂ ਸਾਰਿਆਂ ਦੇ ਦਿਨ ਤਰੀਕਿਆਂ ਇੱਥੇ ਲਿਖੀਆਂ ਹੋਈਆਂ ਹੈ।
ਹੁਣ ਆਪਾਂ ਜਿਹੜਾ ਇੱਥੇ ਮੰਦਿਰ ਬਣਿਆ ਹੋਇਆ ਜੀ, ਮੱਥਾ ਟੇਕ ਕੇ ਆਏ ਹਾਂ ਅਤੇ ਹੁਣ ਆਪਾਂ ਜਾ ਰਹੇ ਇੱਥੇ ਜਿਹੜਾ ਲੰਗਰ ਹਾਲ ਬਣਿਆ ਹੋਇਆ ਅਤੇ ਉਸ ਪਾਸੇ ਜਾ ਰਹੇ ਹਾਂ। ਬਾਕੀ ਇੱਥੇ ਮੈਂ ਗੱਲਬਾਤ ਕਰੀ ਹੈ, ਪੁੱਛਿਆ ਕਿ ਜਿਹੜੀ ਸੰਗਤ ਜੇ ਕਿਤੇ ਕਿਸੇ ਪਾਸੇ ਦੂਰ ਤੋਂ ਆਈ ਹੈ ਤਾਂ ਉਹਦੇ ਰਹਿਣ ਵਾਸਤੇ ਇੱਥੇ ਗੱਲਬਾਤ ਕਰਕੇ ਪ੍ਰਬੰਧਕਾਂ ਨਾਲ ਕਮਰੇ ਮਿਲ ਸਕਦੇ, ਯਾਨੀ ਜੇ ਕਿਸੇ ਨੇ ਦੂਰ ਤੋਂ ਆਉਣਾ ਹੈ ਤਾਂ ਇੱਥੇ ਗੱਲਬਾਤ ਕਰਕੇ ਕਮਰੇ ਰਹਿਸ਼ ਵਾਸਤੇ ਉਹ ਵੀ ਲੈ ਸਕਦਾ ਹੈ। ਆਹ ਦੇਖੋ ਬਾਈ, ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਲਿਖੇ ਵੀ ਲਾਇਆ ਉਹਨਾਂ ਨੇ, ਰਵੀਵਾਰ ਕੋ ਕਮਰੋਂ ਕੇ ਲੀਏ ਸੰਪਰਕ ਕਰੇ, ਮੰਦਿਰ ਤੋਂ ਪਿੱਛੇ ਆ ਕੇ ਨਾ ਇੱਥੇ ਆ ਕੇ ਆਪਾਂ ਕੰਟੈਕਟ ਕਰ ਸਕਦੇ ਜੇ ਆਪਾਂ ਨੇ ਰਹਿਣ ਵਾਸਤੇ ਇੱਥੇ ਕਮਰੇ ਲੈਣੇ ਹੈ। ਬਾਕੀ ਇਹੀ ਰਸਤਾ ਅੱਗੇ ਜਿਹੜਾ ਆਪਣਾ ਲੰਗਰ ਹਾਲ ਨੂੰ ਚਲੇ ਜਾਂਦਾ, ਇਹਦੇ ਨਾਲ ਨਾਲ ਬਹੁਤ ਸੋਹਣੀਆਂ ਪਾਰਕਾਂ ਬਣੀਆਂ ਹੋਈਆਂ। ਆਹ ਵੀ ਰਸਤਾ ਦੇਖੋ ਬਣਿਆ ਹੋਇਆ ਵਿੱਚ ਨੂੰ, ਇਹਦੇ ਪਾਸੇ ਦੋ ਪਾਰਕਾਂ ਬਣੀ, ਇੱਕ ਪਾਰਕ ਇਸ ਸਾਈਡ ਬਣੀ ਹੋਈ ਹੈ, ਦੂਜੀ ਪਾਰਕ ਇਸ ਸਾਈਡ ਬਣੀ ਹੋਈ ਹੈ। ਬੜੇ ਸੋਹਣੇ ਖੂਬਸੂਰਤ ਤਰੀਕੇ ਨਾਲ ਮੰਦਿਰ ਜਿਹੜੀ ਸਾਂਭ ਸੰਭਾਲ ਹੈ ਕਰੀ ਹੋਈ ਹੈ ਅਤੇ ਪਾਰਕਾਂ ਵੀ ਬਹੁਤ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰੀਆਂ ਹੋਈਆਂ। ਆਹ ਦੇਖੋ ਸਾਰੀਆਂ ਬਹੁਤ ਸੋਹਣੀਆਂ ਖੁੱਲ੍ਹੇ ਡੁੱਲੀਆਂ ਪਾਰਕਾਂ ਬਣੀਆਂ ਹੋਈਆਂ ਨੇ। ਬਾਕੀ ਇੱਥੇ ਨਾਲ ਝੂਲੇ ਲੱਗੇ ਹੋਏ ਆ, ਜਿਵੇਂ ਆਏ ਹੋਏ ਜਿਹੜੇ ਸ਼ਰਧਾਲੂ ਜਾਂ ਕੁਝ ਬੱਚੇ ਜਿਹੜੇ ਨਾਲ ਉਹਨਾਂ ਦੇ, ਉਹ ਇੱਥੇ ਝੂਲੇ ਲੈ ਸਕਦੇ ਆ। ਇੱਥੇ ਉਹ ਪਿੱਛੇ ਉੱਧਰ ਦੁਕਾਨਾਂ ਬਣੀਆਂ ਹੋਈਆਂ, ਉੱਧਰ ਵੀ ਆਪਾਂ ਚੱਲਦੇ ਹਾਂ। ਅਤੇ ਆ ਬਾਕੀ ਆ ਸਾਰੇ ਕਮਰੇ ਬਣੇ ਹੋਏ, ਜਿਵੇਂ ਆ 13 ਨੰਬਰ ਲਾਇਆ ਹੋਇਆ, ਠੀਕ ਹੈ, ਅਤੇ ਪਿੱਛੇ ਆ ਹੈਗਾ ਜੀ 12 ਨੰਬਰ। ਇਸ ਤਰ੍ਹਾਂ ਕਰਕੇ ਆ ਸਾਰੇ ਕਮਰੇ ਆ ਜਿਹੜੇ ਆਪਾਂ ਨੂੰ ਮਿਲ ਜਾਂਦੇ ਇੱਥੇ। ਐਤਵਾਰ ਨੂੰ ਜਿਵੇਂ ਸੰਗਤ ਜ਼ਿਆਦਾ ਆਉਂਦੀ ਹੈ ਤਾਂ ਐਤਵਾਰ ਵਾਲੇ ਦਿਨ ਹੀ ਸ਼ਾਇਦ ਮਿਲਦੇ ਆ, ਗੱਲਬਾਤ ਕਰਕੇ ਇੱਥੇ ਆਪਾਂ ਲੈ ਸਕਦੇ ਹਾਂ ਜੀ ਆਪਾਂ ਰੁਕਣਾ ਹੈ। ਅਤੇ ਹੁਣ ਆਪਾਂ ਜਿਹੜਾ ਬਾਈ ਅੱਗੇ ਨਾਲ ਇਹ ਮੰਦਿਰ ਦੇਖ ਰਹੇ ਹਾਂ, ਇਹ ਭੋਲੇਨਾਥ ਜੀ ਦਾ ਮੰਦਿਰ ਹੈ, ਇਹ ਵੀ ਇਹਦੇ ਨਾਲ ਮੇਨ ਮੰਦਿਰ ਦੇ ਪਿੱਛੇ ਜਿਹੜਾ ਰਸਤਾ ਜਾਂਦਾ ਉੱਥੇ ਬਣਿਆ ਹੋਇਆ। ਬਾਕੀ ਮੇਨ ਮੰਦਿਰ ਆਪਾਂ ਮੱਥਾ ਟੇਕ ਕੇ ਆਏ ਹਾਂ ਅਤੇ ਹੁਣ ਦੁਬਾਰਾ ਦੱਸ ਰਹੇ ਹਾਂ ਕਿ 4 ਵਜੇ ਖੁੱਲ੍ਹਣ, ਦੁਬਾਰੇ ਪੁਜਾਰੀ ਜੀ ਆ ਜਾਣਗੇ 4 ਵਜੇ ਦਿਨ 'ਚ। ਤੁਹਾਨੂੰ ਪਤਾ ਹੈ ਕਿ ਥੋੜ੍ਹੇ ਟਾਈਮ ਵਾਸਤੇ ਜਿਹੜਾ ਹੈ ਬੰਦ ਹੁੰਦਾ ਹੈ, ਬਾਕੀ ਮੱਥਾ ਟੇਕਣ ਆਪਾਂ ਕਿਸੇ ਵੀ ਟਾਈਮ ਇੱਥੇ ਆ ਸਕਦੇ ਹਾਂ। ਅਤੇ ਆਹ ਦੇਖ ਲਓ ਬਹੁਤ ਸੋਹਣੇ ਖੂਬਸੂਰਤ ਤਰੀਕੇ ਨਾਲ, ਇਹ ਮੇਨ ਐਂਟਰੀ ਗੇਟ ਹੈ ਜਿਹੜਾ ਮੁੱਖ ਰਸਤਾ, ਮੁੱਖ ਦਰਵਾਜ਼ਾ ਭੋਲੇਨਾਥ ਦੇ ਮੰਦਿਰ ਦਾ ਆਪਾਂ ਕਹਿ ਸਕਦੇ ਹਾਂ। ਉੱਪਰਾਂ ਲਿਖ ਕੇ ਵੀ ਲਾਇਆ ਹੋਇਆ, ਹਿੰਦੀ 'ਚ ਲਿਖਿਆ ਹੋਇਆ ਸ਼੍ਰੀ ਮਾਰਕੰਡੇਸ਼ਵਰ ਸ਼ਿਵ ਮੰਦਿਰ। ਬਾਕੀ ਆ ਸੰਗਤ ਬੈਠੀ ਹੈ ਜਿਹੜੀ ਇੱਥੇ ਦਰਸ਼ਨਾਂ ਲਈ ਆਈ ਹੋਈ ਹੈ। ਆ ਸਾਰਾ ਅੰਦਰ ਮੰਦਿਰ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ। ਸ਼ਿਵ ਮੰਦਿਰ ਭੋਲੇਨਾਥ ਦਾ ਮੰਦਿਰ ਹੈ, ਇੱਥੇ ਮੱਥਾ ਟੇਕਣ ਤੋਂ ਬਾਅਦ ਇੱਥੇ ਨਾ ਨਾਲ ਥੋੜ੍ਹੀ ਜਿਹੀ ਜਗ੍ਹਾ ਥੋੜ੍ਹਾ ਜਿਹਾ ਇੰਤਜ਼ਾਮ ਕੀਤਾ ਹੋਇਆ ਸੰਗਤ ਦੇ ਬੈਠਣ ਵਾਸਤੇ, ਆਰਾਮ ਕਰਨ ਵਾਸਤੇ। ਅਤੇ ਹੁਣ ਆਪਾਂ ਬਾਈ ਇੱਥੇ ਆ ਗਏ ਬਾਹਰ, ਜਿੱਥੇ ਦੁਕਾਨਾਂ ਲੱਗੀਆਂ ਹੋਈਆਂ, ਇਸ ਜਿਹੜਾ ਪਰਸ ਪੁਰਸ ਰੱਖੇ ਹੋਏ ਇਹਨਾਂ ਨੇ, ਇਹੋ ਜਿਹਾ ਸਮਾਨ ਮਿਲ ਜਾਂਦਾ ਇੱਥੇ ਦੁਕਾਨਾਂ। ਅਤੇ ਅੱਗੇ ਆ ਗਏ ਜਿਵੇਂ ਆਹ ਲੱਕੜੀ ਦੇ ਖਿਡੌਣੇ ਹੈ, ਲੱਕੜੀ ਦੇ ਛੋਟੀ ਛੋਟੀਆਂ ਗੱਡੀਆਂ ਅਤੇ ਹੋਰ ਘਰੇਲੂ ਸਮਾਨ, ਚੱਕੜੇ ਬਿੱਲਣੇ, ਉਹ ਸਾਰਾ ਇੱਥੇ ਰੱਖਿਆ ਹੋਇਆ ਇਹਨਾਂ ਨੇ। ਅਤੇ ਇਹ ਹੈਗਾ ਛੋਟਾ ਮੋਟਾ ਸਮਾਨ, ਚੂੜੀਆਂ, ਕੜੇ, ਛੱਲੇ, ਮੁੰਦੀਆਂ, ਇਹੋ ਜਿਹਾ ਸਮਾਨ ਸਾਰਾ। ਮੇਨ ਗੇਟ, ਇਹ ਵੀ ਇੱਕ ਗੇਟ ਹੈਗਾ ਇੱਧਰੋਂ, ਆਪਾਂ ਬਸ ਦੂਜੇ ਸਾਈਡ ਤੋਂ ਐਂਟਰੀ ਕਰੀ ਜਿੱਥੇ ਪਾਰਕਿੰਗ ਹੈ। ਇੱਕ ਆਹ ਗੇਟ ਵੀ ਇੱਥੇ ਬਣਿਆ ਹੋਇਆ, ਆਹ ਮੇਨ ਸੜਕ 'ਤੇ ਹੈ। ਇੱਧਰ ਵੀ ਹੋਰ ਦੁਕਾਨਾਂ ਜਿਵੇਂ ਆਹ ਚੱਪਲਾਂ ਪਈਆਂ, ਜਾਂ ਹੋਰ ਜਿਹੜਾ ਵੀ ਮੇਲੇ 'ਚ ਆਮ ਸਮਾਨ ਹੁੰਦਾ ਨਾ, ਉਹ ਸਾਰਾ ਇੱਥੇ ਏ ਟੂ ਜੈਡ ਸਮਾਨ ਮਿਲ ਜਾਂਦਾ ਹੈ। ਅਤੇ ਇੱਥੇ ਬਾਈ ਉਹਨੇ ਮਿਲੇ ਹੈ, ਬਾਈ ਉਹਨੇ ਪਟਿਆਲੇ ਤੋਂ ਆਏ ਹੈ, ਗੱਲਾਂ ਬਾਤਾਂ ਹੋਈਆਂ ਬਾਈ ਉਹਨਾਂ ਨਾਲ, ਅਤੇ ਬਾਈ ਉਹਨੇ ਜਿਵੇਂ ਮੇਲੇ ਹੁੰਦੇ ਉਹਨਾਂ 'ਤੇ ਇਸ ਤਰ੍ਹਾਂ ਕਰਕੇ ਦੁਕਾਨਾਂ ਲਾਉਂਦੇ ਹੈ। ਹੋਰ ਬਾਈ ਠੀਕ ਹੈ, ਵਧੀਆ ਠੀਕ ਹੈ ਕੰਮ ਕਰ, ਠੀਕ ਹੈ ਵਧੀਆ, ਓਕੇ। ਆਹ ਅੱਗੇ ਹੋਰ ਦੁਕਾਨਾਂ ਆ ਗਈਆਂ ਬਾਈ, ਜਿੱਥੇ ਵੱਡੇ ਖਿਡੌਣੇ ਰੱਖੇ ਹੋਏ ਬਾਈ ਉਹਨਾਂ ਨੇ, ਇੱਥੇ ਕਾਰਾਂ ਕੂਰਾਂ ਰੱਖੇ ਹੋਏ, ਸਿੱਧੂ ਮੂਸੇ ਵਾਲੇ ਦੇ ਸਟਿੱਕਰ ਲੱਗੇ ਹੋਏ ਹੈ। ਇਹ ਸਾਰੀ ਜਗ੍ਹਾ ਆ ਗਈ ਇੱਥੇ, ਜਿੱਥੇ ਮੇਨ ਰੋਡ ਜਾ ਰਿਹਾ ਦਿੱਲੀ ਤੋਂ ਅੰਬਾਲੇ ਨੂੰ, ਉਸ ਰੋਡ 'ਤੇ ਜਿਹੜਾ ਆ ਗੇਟ ਹੈ ਉਸ ਪਾਸੇ ਆ ਗਿਆ ਆਪਾਂ। ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ, ਹੋਰ ਵੀ ਸਕੂਲ ਬੈਗ ਜਿਵੇਂ ਜਾਂ ਹੋਰ ਕੱਪੜੇ ਕੁੱਪੜੇ ਪਾਉਣ ਵਾਸਤੇ ਜਿਹੜਾ ਬੈਗ ਹੈ ਸਮਾਨ, ਉਹ ਸਾਰੀਆਂ ਜਿਵੇਂ ਮੇਲੇ 'ਚ ਦੁਕਾਨਾਂ ਹੁੰਦੀਆਂ ਉਸ ਤਰ੍ਹਾਂ ਦੀ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਹੈ। ਅਤੇ ਇੱਧਰ ਸਾਨੂੰ ਬਾਈ ਮਿਲੇ ਹੈ ਲੋਕਲ ਸ਼ਾਹਬਾਦ ਤੋਂ ਹੀ ਹੈ, ਅਤੇ ਇੱਥੇ ਬਾਈ ਨੇ ਜਿਵੇਂ ਸਮਾਨ ਰੱਖਿਆ ਹੋਇਆ ਸਾਰਾ, ਆਹ ਮੇਲੇ 'ਚ ਜਿਵੇਂ ਸ਼ੋਪ ਲਾਈ ਹੁੰਦੀ ਹੈ। ਬਾਈ ਕਿੰਨੇ ਟਾਈਮ ਤੋਂ ਲਾ ਰਹੇ ਤੁਸੀਂ ਇੱਥੇ?
ਅੱਛਾ ਜੀ, ਠੀਕ ਹੈ ਬਾਈ। ਅੱਛਾ ਬਾਈ 10-12 ਸਾਲ ਤੋਂ ਲਾ ਰਿਹਾ। ਬਾਈ ਨੇ ਦੱਸਿਆ ਇਹਨਾਂ ਦੇ ਦਾਦਾ ਪੜਦਾਦਾ 35-36 ਸਾਲ ਤੋਂ ਇੱਥੇ ਆਹ ਸ਼ੋਪ ਲਾਉਂਦੇ ਆ। ਬਾਕੀ ਇੱਥੇ ਆਹ ਟੈਟੂ ਬਣਾਉਣ ਵਾਲੇ ਵੀ ਹੈਗੇ ਅਤੇ ਆਹ ਜਿਹੜੀਆਂ ਦੁਕਾਨਾਂ ਇਹ ਮਾਰਕੀਟ ਹੈ, ਇਹ 7 ਦਿਨ ਖੁੱਲ੍ਹੀ ਰਹਿੰਦੀ ਹੈ। ਤੁਸੀਂ ਕਿਸੇ ਵੀ ਦਿਨ ਆਓਗੇ ਮਾਰਕੀਟ ਤੁਹਾਨੂੰ ਖੁੱਲ੍ਹੀ ਮਿਲੂਗੀ, ਪਰ ਜਿਹੜੀ ਰੌਣਕ ਹੈ, ਰਸ਼ ਹੈ, ਉਹ ਐਤਵਾਰ ਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਅਤੇ ਆਹ ਜਿੱਥੇ ਭਾਅ ਜੀ ਦੁਕਾਨਾਂ ਲੱਗੀ ਹੋਈਆਂ ਖਿਲੌਣੇ ਵਾਲੀਆਂ ਬਾਹਰ, ਉਹਦੇ ਨਾਲ ਹੀ ਇੱਥੇ ਲੰਗਰ ਹਾਲ ਬਣਿਆ ਹੋਇਆ ਸਾਰਾ। ਆਹ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਲੰਗਰ ਹਾਲ ਹੈ, ਪਰ ਜਿਹੜਾ ਸਮਾਂ ਲੰਗਰ ਹਾਲ ਦਾ ਉੱਥੇ ਲਿਖ ਕੇ ਲਾਇਆ ਹੋਣਾ ਨੇ। ਹਰੇਕ ਐਤਵਾਰ ਨੂੰ 1 ਤੋਂ 2 ਵਜੇ ਭੰਡਾਰਾ ਹੁੰਦਾ, ਐਤਵਾਰ ਨੂੰ 1 ਤੋਂ 2 ਵਜੇ ਤੱਕ। ਅਤੇ ਹੁਣ ਜਿਹੜਾ ਫਿਲਹਾਲ ਹੈ ਉਹ ਆਪਣਾ ਲੰਗਰ ਦਾ ਟਾਈਮ ਬੰਦ ਹੈ, ਅਤੇ ਸਾਰਾ ਫਿਲਹਾਲ ਜਿਵੇਂ ਅੰਦਰ ਹੈਗਾ ਸਾਫ਼ ਸਫਾਈਆਂ ਕਰ ਰਹੇ ਹੈ, ਜਿਵੇਂ ਭਾਂਡੇ ਬਰਤਨ ਧੋਣੇ ਹੁੰਦੇ ਆ ਉਹ ਸਾਰਾ ਉਸ ਤਰ੍ਹਾਂ ਦਾ ਕੰਮ ਚੱਲ ਰਿਹਾ। ਆ ਜਿਵੇਂ ਹੁਣ ਲਗਭਗ 4 ਵਜੇ ਦਾ ਟਾਈਮ ਹੋ ਗਿਆ, ਤਾਂ ਕਰਕੇ ਦੇਖੋ ਸਾਰਾ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਾਫ਼ ਸਫਾਈ ਕਰ ਲਈ, ਜਿਵੇਂ ਸਾਰਾ ਫਰਸ਼ ਸਾਫ਼ ਕਰ ਲਿਆ, ਆਹ ਮੈਟ ਇਕੱਠੇ ਕਰ ਲਏ, ਸਾਰਾ ਬੜਾ ਸੋਹਣਾ ਖੁੱਲ੍ਹਾ ਡੁੱਲਾ ਲੰਗਰ ਹਾਲ ਇਹਨਾਂ ਨੇ ਬਣਾਇਆ ਹੋਇਆ। ਅਤੇ ਬਾਈ ਇੱਥੇ ਸੇਵਾ ਕਰਦੇ ਆ। ਹੋਰ ਬਾਈ ਅਤੇ ਆ ਬਾਈ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਲੰਗਰ ਹਾਲ ਦੇ ਬਾਹਰ, ਆਹ ਨਿੰਬੂ ਪਾਣੀ ਵਾਲਾ ਬਾਈ ਜਿਵੇਂ, ਅਤੇ ਇੱਥੇ ਹੋ ਗਏ ਕੁਲਚੇ ਛੋਲੇ, ਗੋਲ ਗੱਪੇ, ਟਿੱਕੀਆਂ, ਦੁਬਾਰਾ ਫਿਰ ਨਿੰਬੂ ਲੈਮਨ, ਇਸ ਤਰ੍ਹਾਂ ਕਰਕੇ ਖਾਣ ਪੀਣ ਵਾਲੀਆਂ ਜਿਹੜੀਆਂ ਫਾਸਟ ਫੂਡ ਵਾਲੀਆਂ ਉਹ ਚੀਜ਼ਾਂ ਮੇਲਿਆਂ 'ਚ, ਆ ਕੁਲਚੇ ਛੋਲੇ ਆ ਗਏ, ਉਹ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ। ਬਾਕੀ ਅੰਦਰ ਹੋਰ ਵੀ ਹੈ ਪਿੱਛੇ ਦੁਕਾਨਾਂ, ਆਪਾਂ ਦੇਖਦੇ ਹਾਂ, ਚੈੱਕ ਕਰਦੇ ਹਾਂ। ਆਹ ਗੰਨੇ ਦਾ ਰਸ ਪੀਣਾ ਹੋਵੇ ਜੇ, ਆਹ ਬਾਈ ਇੱਥੇ ਵੇਚ ਰਿਹਾ ਹੈ ਗੰਨੇ ਦਾ ਰਸ, ਨਿੰਬੂ ਲੈਮਨ ਵਗੈਰਾ ਰੱਖੇ ਹੋਏ ਸਾਰੇ ਇਹਨਾਂ ਨੇ। ਹੋਰ ਵੀ ਪਿੱਛੇ ਦੁਕਾਨਾਂ ਹੈ, ਟਿੱਕੀ ਚਾਟ ਵਾਲੀਆਂ ਜਿਵੇਂ ਆਹ, ਪੋਪਕੋਰਨ ਹੋ ਗਏ, ਆਈਸਕ੍ਰੀਮ ਹੋ ਗਈ, ਉਹ ਨਾਰੀਅਲ ਬਾਈ ਜਿਵੇਂ ਕੋਪਾਗਰੀ ਨਾਰੀਅਲ, ਉਹ ਸਾਰੀ ਇੱਥੇ ਵੇਚ ਰਹੇ ਹੈ। ਅਤੇ ਆਹ ਕਿੱਧਰ ਦਹੀਂ ਭੱਲੇ, ਗੋਲ ਗੱਪੇ, ਟਿੱਕੀਆਂ ਦੁਕਾਨਾਂ ਆ ਗਈਆਂ ਸਾਰੀਆਂ, ਛੋਲੇ, ਚਾਵਲ, ਉਹ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਇੱਥੇ ਪਿੱਛੇ ਫਾਸਟ ਫੂਡ ਵਾਲਾ ਖਾਣ ਪੀਣ ਵਾਲਾ ਸਮਾਨ, ਕਿਉਂਕਿ ਲੰਗਰ ਹੈ ਜਿਹੜਾ 1 ਤੋਂ 2 ਜਾਂ 2:30 ਵਜੇ ਤੱਕ ਹੁੰਦਾ, ਉਸ ਤੋਂ ਬਾਅਦ ਇੱਥੇ ਆ ਕੇ ਕੁਛ ਵੀ ਬੰਦਾ ਖਾਣਾ ਪੀਣਾ ਹੋਵੇ ਤਾਂ ਇੱਥੇ ਖਾ ਪੀ ਸਕਦੇ ਹੈ। ਇਹਦੇ ਨਾਲ ਹੀ ਪਿੱਛੇ ਪਾਰਕਾਂ ਬਣੀਆਂ ਹੋਈਆਂ, ਪਿੱਛੇ ਬੈਠ ਸਕਦੇ ਹੈ। ਆਹ ਲਓ ਬਾਈ ਚੈੱਕ ਕਰੋ, ਹੁਣ ਇੱਥੇ ਵੀ ਜਿਹੜੀਆਂ ਦੁਕਾਨਾਂ ਇੱਥੇ ਵੀ ਲੱਗੀਆਂ ਹੋਈਆਂ ਉੱਪਰ, ਉਹ ਨੀਚੇ ਦਾ ਫਾਸਟ ਫੂਡ ਵਾਲੀਆਂ। ਆਹ ਰਸਤਾ ਉਹ ਆ ਗਿਆ ਦੂਜਾ ਜਿਹੜਾ ਮੰਦਰ ਨੂੰ ਆਪਾਂ ਦਰਸ਼ਨ ਕਰਨ ਲਈ ਜਾਣਾ ਹੁੰਦਾ, ਇੱਕ ਇੱਥੇ ਵੀ ਬਣੀਆਂ ਹੋਈਆਂ ਪੌੜੀਆਂ, ਇਹ ਵੀ ਮੇਨ ਰੋਡ ਤੋਂ ਆਪਾਂ ਇੱਥੇ ਆ ਸਕਦੇ ਹਾਂ। ਉਹ ਵਾਸ਼ਰੂਮ ਬਣੇ ਹੋਏ ਸਾਹਮਣੇ ਲਿਖਿਆ ਹੋਇਆ, ਅਤੇ ਇੱਕ ਅੱਧੀ ਦੁਕਾਨਾਂ ਇੱਥੇ ਵੀ ਆ, ਰਸਤਾ ਬੜਾ ਸੋਹਣਾ ਬਣਿਆ ਹੋਇਆ, ਪੱਕਾ ਰਸਤਾ ਖੁੱਲ੍ਹਾ ਡੁੱਲਾ, ਇੱਥੇ ਵੀ ਦੁਕਾਨਾਂ ਬਣੀਆਂ ਹੋਈਆਂ ਆ। ਆਪਾਂ ਤਕਰੀਬਨ ਸਾਰਾ ਮੰਦਰ ਘੁੰਮ ਲਿਆ, ਇੱਕ ਪਾਸੇ ਤੋਂ ਆਪਾਂ ਨੇ ਪਾਰਕਿੰਗ ਸਾਈਡ ਤੋਂ ਸ਼ੁਰੂ ਕਰਿਆ ਸੀਗਾ, ਅਤੇ ਉਹ ਪਾਸਾ ਘੁੰਮ ਕੇ ਸਾਰਾ ਆਪਾਂ ਦੇਖ ਕੇ ਇਸ ਪਾਸੇ ਆ ਗਿਆ ਜਿੱਧਰ ਪਾਰਕਾਂ ਬਣੀਆਂ ਹੋਈਆਂ ਸਾਰਾ। ਆਹ ਦੇਖੋ ਉੱਥੇ ਬੱਚੇ ਘੁੰਮ ਰਹੇ ਆ ਪਾਰਕਾਂ 'ਚ, ਖੇਡ ਰਹੇ ਆ। ਅਤੇ ਆਹ ਰਸਤਾ ਫਿਰ ਅੱਗੇ ਮੰਦਰ ਨੂੰ ਚਲੇ ਜਾਂਦਾ, ਜਿੱਥੇ ਜੋੜਾ ਘਰ ਹੈ ਅਤੇ ਮੇਨ ਮੰਦਰ ਹੈ ਜਿੱਥੇ, ਉੱਧਰ ਨਿਕਲ ਜਾਂਦਾ ਰਸਤਾ ਇਹ। ਦੁਬਾਰੇ ਆਪਾਂ ਫਿਰ ਮੰਦਰ 'ਚ ਆ ਗਏ, ਕਿਉਂਕਿ 4 ਵਜੇ ਤੋਂ ਬਾਅਦ ਮੰਦਰ ਫਿਰ ਖੁੱਲ੍ਹ ਜਾਂਦਾ ਹੈ, ਅਤੇ ਮੰਦਰ ਦੇ ਇਤਿਹਾਸ ਬਾਰੇ ਆਪਾਂ ਪਤਾ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਇਹ ਜੋ ਹੈ ਸਾਹਮਣੇ ਬੀਚ ਮਾਂ ਮਾਰਕੰਡ ਰਿਸ਼ੀ ਜੀ ਹੈ, ਇਨਕੇ ਪਿਤਾ ਕਾ ਨਾਮ ਥਾ ਮਿਰਕੰਡੂ ਰਿਸ਼ੀ ਜੀ, ਔਰ ਜੋ ਮਿਰਕੰਡੂ ਰਿਸ਼ੀ ਜੀ ਕੇ ਪਿਤਾ ਥਾ ਉਨਕਾ ਨਾਮ ਥਾ ਭਿਰਗੂ ਰਿਸ਼ੀ, ਔਰ ਜੋ ਭਿਰਗੂ ਜੀ ਕੇ ਪਿਤਾ ਥੇ ਉਨਕਾ ਨਾਮ ਥਾ ਬ੍ਰਹਮਾ ਜੀ। ਤੋ ਇਸ ਪ੍ਰਕਾਰ ਸੇ ਹੈ, ਜਿਸ ਮਿਰਕੰਡੂ ਰਿਸ਼ੀ ਥੇ ਉਨਕੇ ਘਰ ਕੋਈ ਸੰਤਾਨ ਨਹੀਂ ਥੀ, ਤੋ ਇਹਨੋਨੇ ਭਗਵਾਨ ਸ਼ਿਵ ਕੀ ਤਪੱਸਿਆ ਕਰੀ। ਤਪੱਸਿਆ ਕਰਤੇ ਕਰਤੇ ਕਈ ਵਰਸ਼ ਬੀਤ ਗਏ, ਵਰਸ਼ ਬੀਤਣੇ ਕੇ ਬਾਅਦ ਭਗਵਾਨ ਸ਼ੰਕਰ ਨੇ ਮਿਰਕੰਡੂ ਰਿਸ਼ੀ ਜੀ ਕੋ ਦਰਸ਼ਨ ਦੀਏ, ਦਰਸ਼ਨ ਦੇ ਕੇ ਬੋਲੇ ਆਪਕੋ ਕਿਆ ਚਾਹੀਏ ਕਰੇ, ਮੁਝੇ ਪੁੱਤਰ ਚਾਹੀਏ ਕਰੇ, ਕਿਸ ਪ੍ਰਕਾਰ ਕਾ ਪੁੱਤਰ ਚਾਹੀਏ ਆਪਕੋ, ਪੜ੍ਹਾ ਲਿਖਾ ਚਾਹੀਏ, ਵਿਦਵਾਨ ਚਾਹੀਏ, ਅਨਪੜ੍ਹ, ਮਤਲਬ ਸੇਵਾ ਭਕਤੀ ਭਾਵ ਵਾਲਾ, ਕੈਸਾ ਪੁੱਤਰ ਆਪ ਚਾਹਤੇ ਹੋ। ਤੋ ਮਿਰਕੰਡੂ ਰਿਸ਼ੀ ਜੀ ਨੇ ਕਿਹਾ, ਮੁਝੇ ਕੋਈ ਐਸਾ ਪੁੱਤਰ ਦਿਓ ਜੋ ਹਮਾਰੀ ਵੀ ਮਤਲਬ ਲੋਕੋਂ ਕਾ ਵੀ ਭਲਾ ਕਰੇ, ਔਰ ਹਮਾਰੀ ਵੀ ਆਪਕੀ ਵੀ ਪੂਜਾ ਰਚਨਾ ਕਰੇ,
और हमारी भी सेवा करें। तो ठीक है, जिसका नाम मार्कंडेय ऋषि रहेगा, इनकी आयु सिर्फ 16 वर्ष की होती है। इतना कह के भगवान शंकर जी चले जाते हैं और जाने के बाद क्या नाम इनके घर संतान होती है, जिसका नाम रखते हैं मार्कंडेय ऋषि। अब मार्कंडेय ऋषि जी बचपन से ही मतलब ऐसे थे, भगवान की भक्ति में लीन हो जाते हैं, लीन तपस्या वगैरह करते करते जब इनके 16 वर्ष पूरे हो चुके, 15 वर्ष पूरे हो चुके, तो इनके माता पिता उदास बैठे हुए थे। जब उदास बैठे थे, मार्कंडेय ऋषि जी अपने घर आते हैं कुटिया में शाम को, तो अपनी माता जी से पूछते हैं, माता जी क्या बात है, क्यों उदास हो, क्या कारण है? तो माता जी नहीं बताती। फिर पिताजी के पास जाते हैं तो पिताजी से पूछते हैं, पिताजी आप बताइए क्यों उदास हो? तो पिताजी भी नहीं बताते उदासी के कारण। फिर अपनी माता जी को बहुत विवश कर देते हैं। फिर माता जी को बताना पड़ता है कि आपकी आयु सिर्फ 16 साल की है, तो करे इसमें घबराने वाली क्या बात है, इसका कोई तो उपाय होगा। जैसे आप हमारे पिताजी ने तपस्या करके मुझे वरदान में मांगा था, उसी प्रकार मैं भगवान शंकर की पूजा करके अपनी उम्र बढ़ा लूँगा। इतना कह के बाबा मार्कंडेय ऋषि जी अपनी कुटिया में विश्राम करा और सुबह होते ही अपने घर से निकल लिए। निकल के गए, कुछ साधु महात्मा ऋषि मुनि बैठे हुए थे, उन्होंने जाके वहाँ, नारद ऋषि भी थे, वहाँ जाके मत्था टेक लिया। जब मत्था टेका तो नारद जी के मुँह से चिरंजीवी का आशीर्वाद निकल गया। जब आशीर्वाद चिरंजीवी का आशीर्वाद निकल गया तो नारद जी घबरा गए। जब इनका मस्तक देखा मार्कंडेय ऋषि जी का, तो नारद जी घबरा गए कि अरे मैंने ये क्या वरदान दे दिया। तो मन ही मन भगवान शिव का ध्यान करने लग गए नारद जी। तो जब ध्यान करने लग गए, फिर थोड़ी देर बाद भगवान नारद जी मुस्कुराने लग गए। तो मार्कंडेय ऋषि पूछते हैं, महाराज जी इसका कोई उपाय होगा? करे उपाय तो है, एक ही उपाय आपको करना पड़ेगा, महामृत्युंजय मंत्र का जाप करना होगा आपको, तो आपको स्वयं बनाना पड़ेगा और स्वयं ही उसका जाप करना होगा। तो मार्कंडेय ऋषि जी, ये नदी है साथ में यहाँ पर, तो रेते का शिवलिंग बनाते हैं और भगवान शंकर की पूजा करने लगते हैं। पूजा करते करते जब इनके 16 वर्ष पूरे हो जाते हैं, यमराज जी इनको लेने के लिए आ जाते हैं। जब यमराज जी इनको लेने के लिए आते हैं तो मार्कंडेय ऋषि जी से कहते हैं, चलो आपका समय पूरा हो चुका है। तो मार्कंडेय ऋषि कहते हैं, चलूँगा पर अभी नहीं, मेरी तपस्या संपूर्ण हो जाएगी, उसके बाद जहाँ मर्जी ले चलना, पर अभी नहीं जाऊँगा। तब यमराज जी मानते नहीं है, कह रहे नहीं आपको तो चलना पड़ेगा। तो नहीं मानते तो यमराज जी जब फांसी का फंदा फेंकते हैं तो गलती से शिवलिंग के ऊपर शिव जी पे पड़ जाता है, शिवलिंग पे। तो शिव जी, मार्कंडेय ऋषि जी शिव जी को पुकारते हैं, तो गुस्से में भगवान शंकर प्रसन्न प्रकट होते हैं काल का रूप धारण करके। तो यमराज जी डर जाते हैं, डर के हमारे कहते हैं, हमारे आपने ही वरदान दिया था, आपने ही कहा था जो धरती पर जन्म लेगा उसको उसकी मृत्यु भी होगी। तो वो भगवान शंकर कहते हैं, हमने ये वरदान भी दिया था, पर मैं इसको अभी इसी वक्त अमर कर दूंगा, ब्रह्मा की आयु में चेंज कर दूंगा। जब ब्रह्मा की मतलब 3 युग बीतने पर मार्कंडेय ऋषि जी का 1 दिन होगा, इस प्रकार से। तो यमराज जी को जब मारने दौड़े तो गुस्से में त्रिशूल लेके, कह रहा तू काल है तो मैं महाकाल हूँ। यमराज जी हाथ जोड़ के खड़े हो गए, क्षमा प्रार्थना मांगने लग गए, ये भोले बाबा मुझे क्षमा करो, मुझे पता नहीं था। तब भगवान शंकर ने कहा, जब नहीं पता था तो आप क्यों बिगड़ पा रहे हो, आप जाइए अपना कार्य करिए। तब फिर यहाँ पर ये मार्कंडेय ऋषि जी को ब्रह्मा की आयु में चेंज कर दिया और 365 दिन बीतने पर मार्कंडेय ऋषि जी का 1 दिन होता है। इसी प्रकार से इस स्थान पर जो भी भक्त मन्नत मानेगा, अपनी मनोकामना मानेगा, कुछ भी, जैसे कई लोग ट्रेन में चलते चलते मन्नत मान देते, बस के अंदर से ही मान देते कि हमारा ये कार्य हो जाए बाबा जी,
ਮੈਂ ਪ੍ਰਸ਼ਾਦ ਚੜ੍ਹਾਣੇ ਆਊਂਗਾ, ਫਿਰ ਉਨਕੇ ਸਾਰੇ ਘਰ ਸਿੱਧ ਹੋ ਜਾਂਦੇ ਹਨ। ਤੋ ਇਸ ਪ੍ਰਕਾਰ ਸੇ ਇਸ ਸਥਾਨ ਪਰ ਜੋ ਵੀ ਭਕਤ ਸ਼ਰਧਾ ਭਾਵ ਸੇ ਮਨੋਕਾਮਨਾ ਮੰਗਦਾ ਹੈ, ਉਸਕੀ ਸਾਰੀ ਮਨੋਕਾਮਨਾ ਪੂਰੀ ਹੋਤੀ ਹੈ। ਜੈ ਭੋਲੇਨਾਥ। ਹੁਣ ਆਪਾਂ ਮੰਦਿਰ ਚੋਂ ਬਾਹਰ ਆ ਗਏ, ਜਿੱਥੇ ਪੰਡਿਤ ਜੀ ਨੇ ਆਪਾਂ ਨੂੰ ਬਹੁਤ ਸੋਹਣਾ ਤਰੀਕੇ ਨਾਲ ਇਤਿਹਾਸ ਦੱਸਿਆ, ਜਿਹੜਾ ਆਪਾਂ ਨਹੀਂ ਦੱਸ ਸਕਦੇ ਸੀਗੇ। ਬਹੁਤ ਸੋਹਣੀ ਖੂਬਸੂਰਤ ਤਰੀਕੇ ਨਾਲ ਉਹਨਾਂ ਪੂਰਾ ਇਤਿਹਾਸ ਹੈ ਜਿਹੜਾ ਆਪਣੇ ਨਾਲ ਸ਼ੇਅਰ ਕਰਿਆ। ਅਤੇ ਹੁਣ ਆਪਾਂ ਬਾਹਰ ਆ ਗਏ, ਇੱਥੇ ਢੋਲ ਵਗੈਰਾ ਵੱਜ ਰਿਹਾ ਅਤੇ ਹੋਰ ਜਿਹੜੀ ਇੱਥੇ ਰੌਣਕ ਹੈ ਮੰਦਿਰ ਦੇ ਬਾਹਰ, ਮਾਰਕੰਡਾ ਨਦੀ ਦੇ ਬਾਹਰ ਦੀ ਰੌਣਕ ਆਪਾਂ ਦੇਖਦੇ ਹਾਂ। ਆਹ ਦੇਖੋ ਬਾਈ, ਜਿਵੇਂ ਤੁਹਾਨੂੰ ਆਪਾਂ ਨੇ ਪਹਿਲਾਂ ਵੀ ਦੱਸਿਆ ਕਿ ਇੱਥੇ ਹਰੇਕ ਐਤਵਾਰ ਨੂੰ ਮੇਲਾ ਭਰਦਾ ਹੈ, ਅਤੇ ਮਾਰਕੰਡਾ ਦੇ ਕਿਨਾਰੇ ਇਹ ਬਣਿਆ ਹੋਇਆ ਮੰਦਿਰ, ਮਹਾਰਿਸ਼ੀ ਜਿਹੜੇ ਮਾਰਕੰਡਾ ਜੀ ਹੋਏ, ਪੂਰਾ ਇਤਿਹਾਸ ਆਪਾਂ ਹੁਣ ਸੁਣ ਕੇ ਆਏ ਹਾਂ। ਅਤੇ ਉਹਨਾਂ ਦਾ ਸਾਰਾ ਇੱਥੇ ਜਿਹੜਾ ਹੈਗਾ ਮਾਰਕੰਡੇ ਦੇ ਕਿਨਾਰੇ ਦੀ ਮੱਥਾ ਟੇਕਿਆ ਜਾਂਦਾ ਹੈ। ਅਤੇ ਹੁਣ ਆਪਾਂ ਜਮਾਂ ਹੀ ਜਿਹੜੀ ਰੇਲਵੇ ਲਾਈਨ ਬਣੀ ਹੋਈ ਹੈ ਇੱਥੇ, ਉਹਦੇ ਨੇੜੇ ਆ ਗਏ। ਇਹ ਸਾਰੀ ਜਿਹੜੀ ਆਪਣੀ ਰੇਲਵੇ ਹੈ, ਟ੍ਰੇਨ ਹੈ ਜਿਹੜੀ ਇੱਥੇ ਰਾਜਪੁਰੇ ਤੋਂ ਦਿੱਲੀ ਜਾਂਦੀ ਹੈ, ਸਾਰੀ ਇੱਥੇ ਹੋ ਕੇ ਜਾਂਦੀ, ਬਿਲਕੁਲ ਮੰਦਿਰ ਦੇ ਨਾਲ ਹੀ ਬਣੀ ਹੋਈ ਹੈ। ਆਹ ਦੇਖੋ ਸਾਰਾ ਇੱਥੇ ਆ ਮੰਦਿਰ ਹੈ, ਆਹ ਜਿੱਥੇ ਪੌੜੀਆਂ ਨੀਚੇ ਉਤਰ ਕੇ ਇੱਥੇ ਇਸ਼ਨਾਨ ਕਰਨ ਲਈ ਇੱਥੇ ਪੂਜਾ ਕਰਨ ਲਈ ਆਉਂਦੇ ਆ, ਸਾਰਾ ਇੱਥੇ ਬਣਿਆ ਹੋਇਆ। ਅਤੇ ਹੁਣ ਆਹ ਸਾਰਾ ਤੁਸੀਂ ਦੇਖ ਸਕਦੇ ਹਾਂ, ਇੱਥੇ ਮੀਂਹ ਵਗੈਰਾ ਪੈ ਕੇ ਤਾਂ ਕਰਕੇ ਸਾਰਾ ਇਸ ਤਰ੍ਹਾਂ ਕਰਕੇ ਹੋ ਰੱਖਿਆ, ਕਿਉਂਕਿ ਜਦੋਂ ਮੀਂਹ ਪੈਂਦਾ ਇਹਦਾ ਪਾਣੀ ਸਾਰਾ ਇੱਥੇ ਤੱਕ ਪੂਰਾ ਚੜ੍ਹ ਕੇ ਆ ਜਾਂਦਾ, ਜਿਵੇਂ ਉਹ ਨਿਸ਼ਾਨ ਵੀ ਦੇ ਹੋਏ ਉੱਥੇ, ਸਾਰੇ ਇੱਥੇ ਨਿਸ਼ਾਨ ਇਹਨਾਂ ਨੇ ਮਾਰਕ ਕਰੇ ਹੋਏ ਜਿੱਥੇ ਤੱਕ ਪਾਣੀ ਜਾਂਦਾ ਹੈ। ਅਤੇ ਸਾਰਾ ਇਹ ਵੀ ਬਹੁਤ ਪੁਰਾਣਾ ਪੁਲ ਹੈ, ਅਤੇ ਸਾਰਾ ਇੱਥੇ ਪਾਣੀ ਦੀ ਮਾਰ ਕਰਕੇ ਸਾਰੀ ਜਿਵੇਂ ਇਹ ਗਾਰ ਤੁਸੀਂ ਦੇਖ ਰਹੇ ਹੈ, ਇੱਥੇ ਤੱਕ ਪਾਣੀ ਸਾਰਾ ਇੱਥੇ ਤੱਕ ਆ ਜਾਂਦਾ ਹੈ। ਹੁਣ ਆਪਾਂ ਆਹ ਨਾਲ ਦਾ ਰਸਤਾ ਬਣਿਆ ਹੋਇਆ ਹੈ ਮਾਰਕੰਡੇ ਨਾਲ ਨਾਲ, ਜਿਵੇਂ ਮੰਦਿਰ ਹੈ ਅਤੇ ਉੱਪਰ ਜਿਵੇਂ ਆਹ ਰੇਲਵੇ ਲਾਈਨ 'ਤੇ ਜਾ ਕੇ ਉੱਪਰ ਕਨੈਕਟ ਹੋ ਜਾਂਦਾ ਹੈ, ਅਤੇ ਉੱਪਰੋਂ ਜਾ ਕੇ ਆਪਾਂ ਜਿਹੜਾ ਮੰਦਿਰ ਦਾ ਅਤੇ ਮਾਰਕੰਡੇ ਦਾ ਵਿਊ ਚੈੱਕ ਕਰਦੇ ਹਾਂ। ਆਹ ਦੇਖੋ ਸਾਰੀ ਆਹ ਰੇਲਵੇ ਲਾਈਨ ਬਣੀ ਹੋਈ ਹੈ, ਇਹ ਦੇਖੋ ਆਹ ਰੇਲਵੇ ਲਾਈਨ ਹੈ, ਉਹ ਦੂਜੇ ਪਾਸੇ ਵੀ ਜਾ ਰਹੀ ਇੱਕ ਲਾਈਨ, ਅਤੇ ਇੱਥੇ ਥੋੜ੍ਹਾ ਜਿਹਾ ਇੱਕ ਰਸਤਾ ਛੱਡਿਆ ਹੋਇਆ ਪੈਦਲ ਜਾਣ ਨੂੰ ਤੁਰਨ ਨੂੰ। ਆਹ ਰਸਤੇ ਰਾਹੀਂ ਥੋੜ੍ਹਾ ਜਿਹਾ ਆਪਾਂ ਜੇ ਪਾਰ ਕਰਨਾ ਹੈ ਉਹ ਕਰ ਸਕਦੇ ਹਾਂ, ਜਾਂ ਤੁਸੀਂ ਜੇ ਥੋੜ੍ਹਾ ਟਾਈਮ ਕੱਢ ਕੇ ਫ੍ਰੀ ਹੈ ਦਰਸ਼ਨ ਕਰਨੇ ਆ ਪ੍ਰੋਪਰ, ਤਾਂ ਉਹ ਸਾਰੇ ਮਾਰਕੰਡੇ ਦੇ ਅਤੇ ਮੰਦਿਰ ਦੇ ਇੱਥੋਂ ਬਹੁਤ ਸੋਹਣੇ ਦਰਸ਼ਨ ਹੋ ਜਾਂਦੇ ਆ। ਇਸ ਤਰ੍ਹਾਂ ਕਰਕੇ ਆਹ ਟਰੈਕ ਬਣਾਇਆ ਹੋਇਆ, ਅਤੇ ਆਹ ਪਿੱਛੇ ਨਾਲ ਰੇਲਵੇ ਲਾਈਨ ਹੈ ਸਾਰੀ ਜਿਹੜੀ ਜਾ ਰਹੀ ਹੈ, ਇੱਧਰ ਸਾਰਾ ਮਾਰਕੰਡਾ ਦੇਖਣ ਨੂੰ ਮਿਲ ਜਾਂਦਾ ਹੈ, ਅਤੇ ਉਹ ਮੰਦਿਰ ਰਹਿ ਗਿਆ। ਸੱਚੇ ਮਨ ਨਾਲ ਕਿਤੇ ਵੀ ਮੱਥਾ ਟੇਕ ਲਓ, ਕਿਤੇ ਵੀ ਸ਼ਰਧਾ ਨਾਲ ਜਿਹੜੀ ਆਪਣੀ ਮਨੋਕਾਮਨਾ ਮੁਰਾਦ ਪੂਰੀ ਹੁੰਦੀ ਹੈ, ਉਸੇ ਤਰੀਕੇ ਨਾਲ ਇੱਥੇ ਵੀ ਜਿਹੜੇ ਭਗਤ ਹੈ ਸ਼ਰਧਾਲੂ ਜਿਹੜੇ ਆਉਂਦੇ ਆ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਅਤੇ ਇੱਥੇ ਪੂਰੀ ਸ਼ਰਧਾ ਨਾਲ ਮੱਥਾ ਟੇਕਿਆ ਜਾਂਦਾ ਹੈ। ਆਹ ਦੇਖ ਲਓ ਜਿਵੇਂ ਆਹ ਮਾਰਕੰਡੇ ਦੇ ਵਿੱਚ ਆਹ ਜਵਾਕ ਹੈ ਜਿਵੇਂ ਬੱਚੇ ਆ ਉਹ ਕਿਸ ਤਰੀਕੇ ਨਾਲ ਬੈਠੇ ਕਿਵੇਂ ਖੇਡ ਰਹੇ ਆ। ਆਹ ਸਾਰਾ ਮਾਰਕੰਡਾ ਕਹਿੰਦੇ 2 ਦਿਨ ਪਹਿਲਾਂ ਮੀਂਹ ਪਿਆ ਵਧੀਆ ਪੂਰਾ ਭਰ ਕੇ ਇੱਥੋਂ ਤੱਕ ਚੱਲਦਾ ਰਿਹਾ ਸਾਰਾ, ਜਿੱਥੇ ਤੱਕ ਆਪਾਂ ਨੂੰ ਗਾਰ ਪਈ ਦਿਖਦੀ ਹੈ ਇੱਥੋਂ ਤੱਕ ਪੂਰਾ ਪਾਣੀ ਭਰਿਆ ਹੋਇਆ ਸੀ। ਮੰਦਿਰ ਦੇ ਦਰਸ਼ਨ ਕਰਕੇ ਅਤੇ ਮਾਰਕੰਡੇ ਕੋਲ ਵੀ ਆਪਾਂ ਜਾ ਕੇ ਦਰਸ਼ਨ ਕਰਕੇ ਆਏ ਹਾਂ ਦੁਬਾਰਾ, ਫਿਰ ਹੁਣ ਆਪਾਂ ਪਾਰਕਿੰਗ 'ਚ ਆ ਗਏ ਜਿੱਥੇ ਮੋਟਰਸਾਈਕਲ ਖੜ੍ਹਿਆ ਹੈ। ਅਤੇ ਜਿਹੜੀ ਇਹ ਜਗ੍ਹਾ ਲੋਕੇਸ਼ਨ ਕੁਰੂਕਸ਼ੇਤਰ ਇੱਥੋਂ 24 ਕਿਲੋਮੀਟਰ ਰਹਿ ਜਾਂਦਾ ਹੈ,
ਕੁਰੂਕਸ਼ੇਤਰ ਜਿਹੜਾ ਕਿ ਹਰਿਆਣੇ ਦਾ ਬਹੁਤ ਵੱਡਾ ਜ਼ਿਲ੍ਹਾ ਹੈ ਅਤੇ ਦਿੱਲੀ ਰੋਡ 'ਤੇ ਪੈ ਜਾਂਦਾ ਹੈ। ਅੰਬਾਲੇ ਤੋਂ ਇਹ 27 ਕਿਲੋਮੀਟਰ 'ਤੇ ਆ ਕੇ ਲੋਕੇਸ਼ਨ ਬਣੀ ਹੋਈ ਹੈ। ਬਾਕੀ ਤੁਸੀਂ ਐਤਵਾਰ ਵਾਲੇ ਦਿਨ ਇੱਥੇ ਆ ਸਕਦੇ ਹੈ। ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਹੁਣ ਆਪਾਂ ਅਗਲੀ ਕਿਸੇ ਵੀਡੀਓ 'ਚ ਮਿਲਦੇ ਹਾਂ। ਹੁਣ ਅਸੀਂ ਜਾਣ ਲੱਗੇ ਹਾਂ ਵਾਪਸ, ਠੀਕ ਹੈ ਬਾਈ ਜੀ ਫਿਰ, ਹੈ ਨਾ? ਓਕੇ ਬਾਈ, ਠੀਕ ਹੈ ਜੀ, ਓਕੇ, ਸਾਰਿਆਂ ਨੂੰ ਗੁੱਡ ਬਾਏ।